ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਸੋ ਵਿਊਅਰਸ, ਹੁਣ ਆਪਾਂ ਅਖੀਰਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਾਕਿਸਤਾਨ ਵਿੱਚ ਗੁਰਦੁਆਰਾ ਸਾਹਿਬਾਨ ਦੀ ਯਾਤਰਾ ਲਈ ਗਏ ਭਾਰਤੀ ਸਿੱਖ ਜਥੇ ਦਾ ਥਾਂ ਥਾਂ ਜਿਹੜਾ ਆ ਸਵਾਗਤ ਹੋ ਰਿਹਾ। ਸੋ ਪਰ ਅਫਸੋਸ ਕਿ ਪਾਕਿਸਤਾਨ ਵਿੱਚ ਇਸ ਵੇਲੇ ਕਾਫੀ ਹਿੰਸਕ ਅਤੇ ਬੇਯਕੀਨੀ ਵਾਲਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ। ਮਜ਼ਹਬੀ ਮੁੱਦੇ ਜਿਹੜੇ ਹੁੰਦੇ ਨੇ ਉਹ ਬੜੇ ਸੈਂਸਿਟਿਵ ਹੁੰਦੇ ਹਨ ਅਤੇ ਉਹਨਾਂ ਨਾਲ ਜੇ ਮਾਕੂਲ ਢੰਗ ਨਾਲ ਨਜਿੱਠਿਆ ਜਾਵੇ ਤਾਂ ਕਾਫੀ ਨੁਕਸਾਨ ਹੁੰਦਾ ਹੈ। ਅਸੀਂ ਪਾਕਿਸਤਾਨ ਵਿੱਚ ਅਮਨ ਲਈ ਦੁਆ ਕਰਦੇ ਹਾਂ ਔਰ ਪਾਕਿਸਤਾਨੀ ਆਵਾਮ ਨੂੰ ਇਸ ਮਸਲੇ 'ਤੇ ਬੜੇ ਸਬਰ ਅਤੇ ਧਮਲ ਤੋਂ ਕੰਮ ਲੈਣ ਦੀ ਲੋੜ ਹੈ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਵਾਂਗੇ ਕਿ ਤੁਸਾਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਯੀਰਾ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕਾਫੀ ਅਰਸੇ ਬਾਅਦ, ਆਲਮੋਸਟ ਸਾਲ ਬਾਅਦ ਹੀ ਸਿੱਖ ਜਥਾ ਜਿਹਦੇ 'ਚ 1000 ਦੇ ਕਰੀਬ ਸਿੱਖ ਯਾਤਰੀ 10 ਦਿਨ ਦੇ ਪਾਕਿਸਤਾਨ ਦੇ ਦੌਰੇ 'ਤੇ ਗਏ, ਮਜ਼ਹਬੀ ਦੌਰੇ 'ਤੇ। ਜ਼ਾਹਰ ਹੈ ਉਹਨਾਂ ਨੇ ਵਿਸਾਖੀ ਦਾ ਦਿਨ ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਮਨਾਇਆ। ਹੁਣ ਫਿਰ ਉਹ ਲਾਹੌਰ ਆਏ, ਜਿਵੇਂ ਅਸੀਂ ਦੱਸਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲ ਹੈ। ਉਹਨਾਂ ਨੇ ਡੇਰਾ ਸਾਹਿਬ ਔਰ ਚੂਨਾ ਮੰਡੀ ਜਿੱਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਉੱਥੇ ਸੈਲੀਬ੍ਰੇਟ ਕੀਤਾ। ਉਹਦੇ ਨਾਲ ਰਿਲੇਟਡ ਖਬਰਾਂ ਪੰਜਾਬ ਦੇ ਮੀਡੀਆ 'ਚ ਵੀ ਲੱਗੀਆਂ ਕਿ ਲਾਹੌਰ 'ਚ ਮਨਾਇਆ 400 ਸਾਲਾ ਪ੍ਰਕਾਸ਼ ਪੁਰਬ ਔਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤ ਲੋਕਲ ਪਾਕਿਸਤਾਨ ਔਰ ਖਾਸ ਤੌਰ 'ਤੇ ਦਰਾ ਖੈਬਰ ਸਿੰਧ ਤੋਂ ਵੀ ਆ ਜਾਂਦੇ ਨੇ, ਉਹ ਵੀ ਮੌਜੂਦ ਸੀ। ਫਿਰ ਜਿਹੜਾ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਵੇਂ ਵੀਰਜ਼ਾਦਾ ਤਾਰਕ ਵਜ਼ੀਰ ਔਰ ਉਹਨਾਂ ਦੇ ਜਿਹੜੇ ਵੱਡੀ ਗਿਣਤੀ ਜਾਂ ਵੈਕਵਿਸ ਟਰੱਸਟ ਪ੍ਰੋਪਰਟੀ ਬੋਰਡ ਦੇ ਅਹੁਦੇਦਾਰ ਨੇ ਉਹ ਵੀ ਸ਼ਾਮਲ ਹੋਏ। ਔਰ ਇਸ ਵਾਰ ਬੜੀ ਦੇਰ ਬਾਅਦ ਈਵਨ ਕਰਤਾਰਪੁਰ ਸਾਹਿਬ ਵੀ ਉਹਨਾਂ ਨੇ ਸਿੰਬੋਲਿਕ ਨਗਰ ਕੀਰਤਨ ਪੈਰੇਡ 0 ਪੁਆਇੰਟ ਤੱਕ ਕੱਢਿਆ ਗੁਰਦੁਆਰਾ ਸਾਹਿਬ ਦੀ ਹਦੂਦ 'ਚੋਂ। ਇਸ ਜਥੇ ਨੂੰ ਇੱਕ ਰਾਤ ਉੱਥੇ ਰਹਿਣ ਦਾ ਵੀ ਜਿਹੜਾ ਉਹ ਸੁਭਾਗ ਹਾਸਲ ਹੋਇਆ। ਇਹ ਵੀ ਪਹਿਲੀ ਵਾਰ ਹੋਇਆ ਕਿ ਉੱਥੇ ਜਥਾ ਜਿਹੜਾ ਉਹ ਰਾਤ ਰਿਹਾ ਕਰਤਾਰਪੁਰ ਸਾਹਿਬ ਔਰ ਥਾਂ ਥਾਂ 'ਤੇ। ਔਰ ਪਾਕਿਸਤਾਨ ਵੈਕਵਿਸ ਟਰੱਸਟ ਪ੍ਰੋਪਰਟੀ ਬੋਰਡ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਦੇ ਕਾਫੀ ਚੰਗੇ ਪ੍ਰਬੰਧ ਸਨ। ਬੇਸ਼ੱਕ ਜਦੋਂ ਸ਼ੁਰੂਆਤ ਹੋਈ ਹੈ, ਜਥੇ ਨੇ ਵਾਹਗਾ ਕਰੋਸ ਹੀ ਕੀਤਾ, ਉਹ ਪਹਿਲਾ ਦਿਨ ਸੀ ਜਦੋਂ ਕਿ ਉੱਥੇ ਪਾਕਿਸਤਾਨ 'ਚ ਆਲ ਆਫ ਏ ਸਡਨ ਮਾਹੌਲ ਬੜਾ ਹਿੰਸਕ ਹੋ ਗਿਆ। 120 ਦੇ ਕਰੀਬ ਜਿਹੜੀਆਂ ਰੋਡਸ ਨੇ ਮੁੱਖ ਪਾਕਿਸਤਾਨ ਭਰ 'ਚ ਵੱਡੇ ਸ਼ਹਿਰਾਂ 'ਚ ਵੀ ਬਲੋਕ ਰਹੀਆਂ, ਲਾਹੌਰ 'ਚ ਵੀ ਸੀ। ਸੋ ਉਹਨਾਂ ਨੂੰ ਕਈ ਘੰਟੇ ਜਿਹੜਾ ਇੰਤਜ਼ਾਰ ਕਰਨਾ ਪਿਆ ਔਰ ਬਾਅਦ 'ਚ ਪਾਕਿਸਤਾਨੀ ਰੇਂਜਰਸ ਨੇ ਅੱਗੇ ਪਿੱਛੇ ਬੱਸਾਂ ਲਾ ਕੇ ਰਾਤੋ ਰਾਤ ਟਰੈਵਲ ਕਰਵਾ ਕੇ ਸਵੇਰੇ 4 ਵਜੇ ਲਿਜਾ ਕੇ ਉਹਨਾਂ ਨੂੰ ਹਸਨ ਅਬਦਾਲ ਪੰਜਾ ਸਾਹਿਬ ਪਹੁੰਚਾਇਆ। ਸੋ ਉਹਨਾਂ ਦਾ ਜਿਹੜਾ ਪ੍ਰੋਗਰਾਮ ਸਕੈਜੂਲ ਸੀ ਉਹ ਤਾਂ ਠੀਕ ਰਿਹਾ ਔਰ ਅਸੀਂ ਇਸ ਦੇ ਲਈ ਮਾਣ ਵੀ ਮਹਿਸੂਸ ਕਰਦੇ ਹਾਂ ਕਿ ਜਿਵੇਂ ਪਾਕਿਸਤਾਨੀ ਹਕੂਮਤ ਉਹਨਾਂ ਦੇ ਆਵਾਮ ਪਿਆਰ ਕਰਦੇ ਨੇ ਔਰ ਇਸ ਗੱਲ ਨੂੰ ਉਹਨਾਂ ਨੇ ਯਕੀਨੀ ਬਣਾਇਆ ਕਿ ਸਿੱਖ ਯਾਤਰੂਆਂ ਦੀ ਸੇਫਟੀ ਸਿਕਿਉਰਿਟੀ ਇਹ ਪਾਰਟ ਰਹੇ। ਪਰ ਇਹ ਜਿਹੜਾ ਜਦੋਂ ਅਸੀਂ ਇਹ ਕਿਹਾ ਕਿ ਭਾਈ ਅਸੀਂ ਜੋ ਪਾਕਿਸਤਾਨ ਦੇ ਇਸ ਵੇਲੇ ਅੰਦਰੂਨੀ ਹਾਲਾਤ ਬਣ ਗਏ ਮਜ਼ਹਬੀ ਮੁੱਦੇ ਦੇ ਉੱਤੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਇਮਾਨ ਦੇ ਵਿੱਚ ਇਮਾਨ ਵਾਲੇ ਲੋਕ ਨੇ, ਜੇ ਇਸਲਾਮ ਦੇ ਹਵਾਲੇ ਨਾਲ ਬੇਸ ਹੀ ਇਸਲਾਮ ਇੱਕ ਅੱਲਾਹ ਤਾਲਾ ਹੈ ਔਰ ਉਹਨਾਂ ਦੇ ਰਸੂਲ ਉਸ ਦੀ ਹੈ, ਉਹ ਇਹੀ ਜਿਹੜਾ ਜਿਸ ਨੂੰ ਕਲਮਾ ਕਿਹਾ ਜਾਂਦਾ ਉਹ ਇਹੀ ਹੈ, ਲਾਏ ਲਾਏ ਅੱਲਾ ਮੁਹੰਮਦ ਰਸੂਲ ਅੱਲਾ। ਹੁਣ ਨਾ ਕੋਈ ਜਿਸ ਅੱਲਾਹ ਤਾਲਾ ਨੇ ਰੱਬ ਨੇ ਸਾਨੂੰ ਬਣਾਇਆ ਉਹਦੇ ਖਿਲਾਫ਼ ਸੁਣ ਸਕਦਾ। ਜਿਵੇਂ ਜੇ ਮੈਂ ਆਪਣੇ ਸਿੱਖ ਵੀਰਾਂ ਭੈਣਾਂ ਨੂੰ ਕਹਾਂ ਕਿ ਭਾਈ ਅਸੀਂ ਕੋਈ ਰੱਬ ਦੀ ਬੁਰਾਈ ਕਰੇ ਨਿੰਦਾ ਕਰੇ, ਅਤੇ ਦੂਸਰਾ ਜਿਵੇਂ ਸਾਡੇ ਗੁਰੂ ਸਾਹਿਬਾਨ ਅਸੀਂ ਉਹਨਾਂ ਨੂੰ ਜਿਹੜਾ ਉਹ ਰੱਬ ਦਾ ਸੁਨੇਹਾ ਦੇਣ ਵਾਲੇ ਮੰਨਦੇ ਹਾਂ, ਉਹਦੇ ਲਈ ਕੋਈ ਫਿਰ ਉਹਨਾਂ ਦੀ ਇੱਜ਼ਤ ਆਬਰੂ ਨੂੰ ਜਿਹੜਾ ਜੇ ਕੋਈ ਉਹਨਾਂ 'ਤੇ ਸਵਾਲ ਚੁੱਕਦਾ ਤਾਂ ਫਿਰ ਜਾਨ ਦਾ ਨਜ਼ਰਾਨਾ ਦੇਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਇਹ ਖਿਦਮਤ ਮੰਨਿਆ ਜਾਂਦਾ। ਸੋ ਇਸਲਾਮ ਦੇ ਵਿੱਚ ਔਰ ਖਾਸ ਤੌਰ 'ਤੇ ਜਿਵੇਂ ਫਰਾਂਸ ਦਾ ਔਰ ਯੂਰਪ ਦਾ ਮਾਹੌਲ, ਔਰ ਇਮਰਾਨ ਖਾਨ ਸਾਹਿਬ ਨੇ ਜਦੋਂ 2019 ਦੇ ਵਿੱਚ ਐਡਰੈਸ ਕੀਤਾ ਸੀ ਯੂਐਨ ਜਨਰਲ ਅਸੈਂਬਲੀ ਨੂੰ, ਜਿੱਥੇ ਉਹਨਾਂ ਨੇ ਕਸ਼ਮੀਰ ਮੁੱਦਾ ਔਰ ਦੂਸਰਾ ਇਸਲਾਮੋਫੋਬੀਆ ਔਰ ਇਹ ਹੇਟਡ ਉਹਨਾਂ ਨੇ ਮਾਰਕ ਵੀ ਕੀਤਾ ਸੀ ਕਿ ਇੱਕ ਪਾਸੇ ਫਰੀਡਮ ਆਫ ਐਕਸਪ੍ਰੈਸ਼ਨ ਨੂੰ ਤੁਸੀਂ ਜਿਸ ਢੰਗ ਦੇ ਵਿੱਚ ਵਰਤਦੇ ਹੋ, ਲੇਕਿਨ ਦੂਸਰੇ ਪਾਸੇ ਇਹ ਸਾਡੇ ਲਈ ਇਹ ਕਿਵੇਂ ਇੱਕ ਨਫ਼ਰਤ ਦਾ ਵਾਇਸ ਬਣ ਜਾਂਦਾ ਹੈ, ਬਣਾ ਦਿੰਦੇ ਹੋ ਤੁਸੀਂ ਜਦੋਂ ਇਸ ਕਿਸਮ ਦੀ ਹਰਕਤ ਫਰੀਡਮ ਆਫ ਐਕਸਪ੍ਰੈਸ਼ਨ ਦੇ ਨਾਂ ਥੱਲੇ ਕੀਤੀ ਜਾਂਦੀ ਹੈ। ਔਰ ਜੋ ਕੁਝ ਫਰਾਂਸ ਦੇ ਵਿੱਚ ਬੇਸ਼ੱਕ ਉਹ ਪਹਿਲਾਂ ਜਿਹੜਾ ਉਹ ਕਾਰਟੂਨ ਬਣਾਉਣ ਦੇ ਨਾਂ ਥੱਲੇ, ਔਰ ਫਿਰ ਫਰੈਂਚ ਗਵਰਨਮੈਂਟ ਨੇ ਵੀ ਆਪਣਾ ਵੇਟ ਸੁੱਟਿਆ, ਵਾਇਲੈਂਸ ਦੀਆਂ ਘਟਨਾਵਾਂ ਵੀ ਉੱਥੇ ਹੋਈਆਂ, ਉਸ ਸਾਰੇ ਦਾ ਨਤੀਜਾ
ਬੇਸ਼ੱਕ ਦੁਨੀਆ ਦੇ ਵਿੱਚ ਜਿਹੜੇ 57 ਦੇ ਕਰੀਬ ਇਸਲਾਮਿਕ ਮੁਲਕ ਨੇ, ਚੰਗਾ ਹੁੰਦਾ ਕਿ ਕੋਈ OIC ਦੇ ਲੈਵਲ ਦੇ ਉੱਤੇ ਇਸ ਕਿਸਮ ਦਾ ਫਰਮ ਸਟੈਂਡ ਫਰਾਂਸ ਦੇ ਖਿਲਾਫ਼, ਕਿਉਂਕਿ ਫਰਾਂਸ ਦੀ ਬਹੁਤ ਸਾਰੀ ਐਕਸਪੋਰਟ ਜਿਹੜੀ ਹੈ ਉਹ ਅਰਬ ਕੰਟਰੀਜ਼ 'ਚ ਹੈ, ਹੋਰ ਵੀ ਡਿਪੈਂਡੈਂਸ ਹੈ ਉਹਨਾਂ ਦੇ, ਉਹ ਜਿਹੜੇ ਨੇ ਗਾਹਕ ਵੀ ਨੇ ਬਾਇਰ ਵੀ ਨੇ। ਸੋ ਜੇ ਤਾਂ ਕੋਈ ਯੂਨਾਈਟਿਡ ਇਸ ਕਿਸਮ ਦਾ ਫਰੰਟ ਹੁੰਦਾ ਤਾਂ ਮੇਰਾ ਖਿਆਲ ਹੈ ਵੀ ਇਹ ਇਹਨਾਂ ਦੇ ਲਈ ਕੋਈ ਵੀ ਜਿਹਨੂੰ ਇਹ ਪ੍ਰਿੰਸੀਪਲ ਕਹਿੰਦੇ ਹੁੰਦੇ ਨੇ ਉਹਨੂੰ ਕੋਈ ਮੋਲਡ ਕਰਨਾ ਕੋਈ ਔਖਾ ਨਹੀਂ ਹੁੰਦਾ। ਪਰ ਕੁੱਲ ਮਿਲਾ ਕੇ ਹਰ ਇੱਕ ਨੇ ਆਪੋ ਆਪਣਾ ਉਨਾ ਕੁ ਕਰਕੇ, ਲੋਕਾਂ ਨੇ ਤਾਂ ਹਰ ਥਾਂ ਵਿਚਾਰੇ, ਲੋਕ ਤਾਂ ਆਮ ਕੋਮਨ ਮੈਨ ਤਾਂ ਬਿਲੀਵਰ ਹੁੰਦਾ, ਲੇਕਿਨ ਅੱਪਰ ਲੈਵਲ ਦੇ ਉੱਤੇ ਹਕੂਮਤਾਂ ਜਿਹੜੀਆਂ ਨੇ ਉਹਨਾਂ ਦੇ ਵੱਖਰੀਆਂ ਪਾਲਿਸੀਜ਼ ਹੁੰਦੀਆਂ। ਪਰ ਪਾਕਿਸਤਾਨ ਦੇ ਵਿੱਚ ਇਹ ਇੱਕ ਮੁੱਦਾ ਬੜਾ ਸੈਂਟਰਲ ਮੁੱਦਾ ਬਣਿਆ, ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਇਹ ਪਹਿਲਾਂ ਇੱਕ ਐਗਰੀਮੈਂਟ ਪਾਕਿਸਤਾਨੀ ਹਕੂਮਤ ਨਾਲ ਹੋਇਆ ਜਦੋਂ ਕਿ ਇਸਲਾਮਾਬਾਦ 'ਚ ਜਾਂ ਦੂਸਰੇ ਕਿਤੇ ਹੋਰ ਘਰਾਓ ਜਲਾਓ ਦੀ ਲਾਈਨ ਸ਼ੁਰੂ ਹੋਈ, ਔਰ ਉਹਨਾਂ ਦੀ ਮੰਗ ਕਿ ਵੀ ਫਰਾਂਸ ਦੇ ਅੰਬੈਸਡਰ ਨੂੰ ਕੱਢੋ ਇਹਦੇ 'ਚੋਂ। ਹੁਣ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਹਾਡੇ ਕੋਲ ਵਕਤ ਮਿਲਦਾ, ਔਰ ਇਹ ਹਕੂਮਤ ਦੀ ਜ਼ਿੰਮੇਵਾਰੀ ਹੁੰਦੀ ਹੈ, ਔਰ ਮੈਂ ਉਹਨਾਂ ਐਂਕਰਸ ਵਾਂਗ ਨਹੀਂ ਹੈ ਜਿਹੜੇ ਉਹ ਕਹਿਣਗੇ ਜੀ ਉੱਥੇ ਬੈਠੇ ਸਲਾਹ ਦੇ ਰਹੇ ਹੁੰਦੇ ਜੀ ਹਮਨੇ ਖਾਨ ਸਾਹਿਬ ਕੋ ਕਹਾ ਇਮਰਾਨ ਖਾਨ ਸਾਹਿਬ ਆਪ ਐਸੇ ਕਰ ਲੀਜੀਏ, ਜਾਂ ਭਾਈ ਜਾ ਕੇ ਉਹਨਾਂ ਦੇ ਨਾਲ ਜਾਂ ਤਾਂ ਉਹਨਾਂ ਦੇ ਮਸ਼ੀਰ ਬਣੋ। ਐਡਵਾਈਜ਼ ਕੋਈ ਜ਼ਰੂਰੀ ਤਾਂ ਨਹੀਂ ਹੈ ਕਿ ਕੋਈ ਅਪੁਆਇੰਟਡ ਐਡਵਾਈਜ਼ਰ ਹੁੰਦਾ। ਸੋ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਪਾਸੇ ਜਦੋਂ ਕੋਵਿਡ-19 ਦਾ ਕਹਿਰ ਹੈ, ਮੁਲਕ ਉਹਦੇ ਨਾਲ ਵੀ ਜੂਝ ਰਿਹਾ ਹੈ, ਪਾਕਿਸਤਾਨ ਦੀ ਮੌਜੂਦਾ ਹਕੂਮਤ ਨੂੰ ਬਹੁਤ ਕੁਛ ਪਿਛਲੀਆਂ ਹਕੂਮਤਾਂ ਦਾ ਵੀ ਜੋ ਮਿਲਿਆ ਉਹਦੇ ਥੱਲੇ ਇਕਨੋਮਿਕਲ ਕ੍ਰਾਈਸਿਸ, ਜਿਹੜੀ ਫਾਈਨੈਂਸ਼ੀਅਲ ਟਾਸਕ ਫੋਰਸ ਹੈ ਔਰ IMF ਉਹਨਾਂ ਦੀ ਤਲਵਾਰ ਲਟਕ ਰਹੀ ਹੈ, ਫਿਰ ਤੁਸੀਂ ਇਹ ਵੀ ਦੇਖਣਾ ਵੀ ਤੁਹਾਡੀ ਜਿਹੜੀ ਐਕਸਪੋਰਟ ਹੈ ਦੂਸਰੀਆਂ ਚੀਜ਼ਾਂ ਉਹ ਕਿਵੇਂ ਪ੍ਰਭਾਵਿਤ ਹੋਣਗੀਆਂ ਨਹੀਂ ਹੁੰਦੀਆਂ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੇ ਮਜ਼ਹਬੀ ਜਮਾਤਾਂ ਵਾਲਿਆਂ ਨੇ ਜਿਸ ਇਸ਼ੂ ਨੂੰ ਇਸ਼ੂ ਬਣਾਇਆ ਉਹ ਇਸ਼ੂ ਹੈ, ਇਹ ਹਰ ਇੱਕ ਦੇ ਲਈ ਵੀ ਜਿਹੜਾ ਬਿਲੀਵਰ ਹੈ, ਲੇਕਿਨ ਕਿਤੇ ਨਾ ਕਿਤੇ ਦੋਨੋਂ ਸਾਈਡਸ, ਇੱਕ ਪਾਸੇ ਹਕੂਮਤ ਨੇ ਕਿਤੇ ਨਾ ਕਿਤੇ ਇਸ ਨੂੰ ਲੈਗਜ਼ਿਟੀ 'ਚ ਲਿਆ, ਜੇ ਤੁਸੀਂ ਕੋਈ ਐਗਰੀਮੈਂਟ ਕਰ ਹੀ ਰਹੇ ਹੋ, ਜੇ ਤੁਸੀਂ ਉਹਨੂੰ ਫੁਲਫਿਲ ਨਹੀਂ ਕਰ ਸਕਦੇ ਕਿਉਂ ਕਰਦੇ ਹੋ, ਜੇ ਤੁਸੀਂ ਕਰ ਵੀ ਲਿਆ ਤੁਸੀਂ ਉਹਨਾਂ ਦੇ ਵਿੱਚੋਂ ਵੀ ਜਿਹੜੇ ਜੈਨੂਨਲੀ ਗੱਲਬਾਤ ਉਹਨਾਂ ਨੂੰ ਰੱਖੋ, ਤੁਹਾਨੂੰ ਲੱਗਦਾ ਕਿ ਬਈ ਡਿਲੇ ਕਰ ਦਿਓ ਗੱਲ, ਇਵੇਂ ਨਹੀਂ ਹੈ। ਪਰ ਦੂਸਰੇ ਪਾਸੇ ਜਿਹੜੇ ਐਜੀਟੇਸ਼ਨ ਦੇ ਨਾਂ ਥੱਲੇ ਉਤਰੇ, ਜੇ ਤੁਸੀਂ ਆਪਣੇ ਹੀ ਮੁਲਕ ਦੀ ਪ੍ਰੋਪਰਟੀ, ਹੁਣ ਉੱਥੇ ਕੋਈ ਹੋਰ ਤਾਂ ਨਹੀਂ, ਮੁਸਲਮਾਨ ਹੀ ਨੇ, ਜੇ ਪੁਲਿਸ ਵੀ ਹੈ, ਦੂਜੇ ਉਹਨਾਂ ਨੂੰ ਜਿਵੇਂ ਹੋਸਟੇਜ ਲਿਆ, ਜਿਵੇਂ ਉਹਨਾਂ ਨੂੰ ਦੜਾ ਦੜਾ ਕੇ ਮਾਰਿਆ, ਜ਼ਲੀਲ ਕੀਤਾ। ਹੁਣ ਇਹ ਜਦੋਂ ਤੁਸੀਂ ਦੇਖਦੇ ਹੋ, ਇਹ ਗੱਲ ਅਸੀਂ ਭੁੱਲ ਜਾਂਦੇ ਹਾਂ ਕਿ ਭਾਈ ਦੁਸ਼ਮਣ ਭਾਰਤ ਬੈਠਾ, ਕਸ਼ਮੀਰ 'ਚ ਉਹਨਾਂ ਨੇ ਕੀ ਕੀਤਾ, ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਨਾਲ ਕੀ ਹੋ ਰਿਹਾ, ਔਰ ਜਿਹੜੇ ਮਜ਼ਹਬੀ ਤਨਜ਼ੀਮਾਂ ਨੇ ਜੇ ਉਹਨਾਂ ਨੇ ਰਮਜ਼ਾਨ ਦਾ ਮਹੀਨਾ 13 ਅਪ੍ਰੈਲ ਨੂੰ ਪਹਿਲਾ ਰੋਜ਼ਾ ਸ਼ੁਰੂ ਹੋਇਆ, ਹੁਣ ਇਹ ਮੁਬਾਰਕ ਪੀਰੀਅਡ ਹੈ ਜਦੋਂ ਕਿ ਮੁਬਾਰਕ ਮਹੀਨਾ ਹੈ ਜਦੋਂ ਰੋਜ਼ੇ ਰੱਖੇ ਜਾਂਦੇ ਨੇ, ਦੂਜਾ ਹੁਣ ਆਪਣੇ ਮਜ਼ਹਬ ਦੇ ਮੰਨਣ ਵਾਲੇ ਹੀ ਜੇ ਕਹਿ ਰਹੇ ਨੇ, ਭਾਵੇਂ ਉਹ ਹਕੂਮਤ 'ਚ ਨੇ ਭਾਵੇਂ ਵਿਰੋਧ 'ਚ ਨੇ, ਅਸੀਂ ਕੋਈ ਪਿੰਨ ਪੁਆਇੰਟ ਨਹੀਂ ਕਰਦੇ ਵੀ ਕਿਹਦੀ ਜ਼ਿਆਦਤੀ ਹੈ ਕਿਹਦਾ ਨਹੀਂ, ਪਰ ਇੱਕ ਪਾਕਿਸਤਾਨ ਦਾ ਵੈਲਵਿਸ਼ਰ ਹੋਣ ਦੇ ਨਾਤੇ, ਇਸ ਲਈ ਵੀ ਕਿਉਂਕਿ ਇਹਦੇ 'ਚੋਂ ਪਾਕਿਸਤਾਨ 'ਚੋਂ ਅਸੀਂ ਆਪਣੇ ਮੁਲਕ ਖਾਲਿਸਤਾਨ ਦੇ ਨੈਣ ਨਕਸ਼ ਵੀ ਤਰਾਸ਼ਦੇ ਹਾਂ, ਜਿਹੜਾ ਉਸ ਨੂੰ ਜਿਹੜਾ ਅਸੀਂ ਲੱਭਦੇ ਹਾਂ, ਕਿਉਂਕਿ ਜੇ ਪਾਕਿਸਤਾਨ ਕਾਮਯਾਬ ਨਹੀਂ ਹੁੰਦਾ ਆਪਸੀ ਜਿਹੜੀ ਹੈ ਉਹ ਇੰਟਰਨੈਸਾਈਨ ਆਪਸੀ ਖਾਨਾ ਜੰਗੀ ਵਾਲਾ ਮਾਹੌਲ ਬਣਦਾ, ਸਟੇਟ ਫੇਲ ਹੁੰਦੀ ਹੈ, ਉਸਦੀ ਇਕਨੋਮਿਕਸ ਡਿੱਗਦੀ ਹੈ, ਉਸਨੂੰ ਜੀਓਗ੍ਰਾਫਿਕਲੀ ਜਿਹੜੀ ਹੈ ਉਹ ਘੇਰ ਲਿਆ ਜਾਂਦਾ, ਅਤੇ ਇਹਦੇ ਨਾਲ ਸਾਡਾ ਮਾਡਲ ਵੀ ਨਾਲ ਦੀ ਨਾਲ ਕਲੈਪਸ ਹੁੰਦਾ। ਔਰ ਅਸੀਂ ਇਹ ਸਮਝਦੇ ਹਾਂ ਕਿ ਪਾਕਿਸਤਾਨ ਦੇ ਹਮਦਰਦ ਦੇ ਨਾਤੇ, ਹਮਸਾਏ ਦੇ ਨਾਤੇ ਅਸੀਂ ਦੁਆ ਕਰ ਸਕਦੇ ਹਾਂ। ਹਾਲਾਂ ਮੈਂ ਕਦੇ ਵੀ ਮਜ਼ਹਬੀ ਮੁੱਦੇ ਦੇ ਉੱਤੇ ਕੋਈ ਕਾਮੈਂਟ ਕਰਨ ਤੋਂ ਗੁਰੇਜ਼ ਕਰਦੇ, ਕਿਉਂਕਿ ਮੈਨੂੰ ਇਹ ਹੁੰਦਾ ਵੀ ਪਤਾ ਨਹੀਂ, ਹਰ ਇੱਕ ਦੀ ਇੱਕ ਆਪਣੀ ਪੇਸ਼ਕਾਰੀ ਹੈ, ਅਸੀਂ ਇੱਕ ਹੋਰ ਤੋਂ ਦੇ, ਪਰ ਈਵਨ ਇੱਕ ਸਿੱਖ ਹੋਣ ਦੇ ਨਾਤੇ ਜੋ ਸਾਡੇ ਆਪਣੇ ਗੁਰੂ ਸਾਹਿਬਾਨ ਲਈ ਸੈਂਟੀਮੈਂਟ ਨੇ, ਅਸੀਂ ਬਹੁਤ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਨਬੀ ਦੇ ਲਈ ਕੀ ਸੈਂਟੀਮੈਂਟਸ ਨੇ ਹਰ ਮੁਸਲਮਾਨ ਦੇ, ਕੋਈ ਪ੍ਰੈਕਟਿਸਿੰਗ ਹੈ ਨਹੀਂ ਹੈ, ਲੇਕਿਨ ਜਦੋਂ ਇਸ ਮਾਮਲੇ 'ਚ ਆਉਂਦਾ ਫਿਰ ਕੋਈ ਮਾਫ਼ੀ ਦੀ ਗੱਲ ਨਹੀਂ ਹੁੰਦੀ। ਪਰ ਇਹ ਨਾ ਹੋਏ ਵੀ ਤੁਸੀਂ ਫਰਾਂਸ ਨੂੰ ਤਾਂ ਸਜ਼ਾ ਕੀ ਦੇਣੀ ਹੈ, ਆਪਸ ਦੇ ਵਿੱਚ ਇਸ ਹੱਦ ਤੱਕ ਜਿਵੇਂ ਇਹ ਸਾਰਾ ਕੁਛ ਵਿਗੜ ਰਿਹਾ, ਆਪਣੀ ਅਸੀਂ ਕਿਤੇ ਬਰਬਾਦੀ ਦੇ ਸਮਾਨ ਨੂੰ ਹੀ ਨਾ ਜਿਹੜਾ ਉਹ ਅੱਗ ਲਾ ਰਹੇ ਹੋਈਏ, ਔਰ ਇਵੇਂ ਨਜ਼ਰ ਆ ਰਿਹਾ। ਸੋ ਮੈਂ ਹੋਪ ਕਰਦਾ ਔਰ ਜ਼ਾਹਰ ਹੈ ਅਸੀਂ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਪਾਕਿਸਤਾਨ ਇਸ, ਹਾਲਾਂ ਗੱਲਬਾਤ ਚੱਲ ਰਹੀ ਹੈ ਉਹਨਾਂ ਦੇ
ਜਿਹੜੀ ਹੈ ਆਰਗੇਨਾਈਜੇਸ਼ਨ ਉਹਨਾਂ ਦੇ ਬੰਦੇ ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਦੇ ਨਾਲ ਔਰ ਹੋਪਫੁਲੀ ਇਹ ਕਾਮਯਾਬ ਹੋਏ ਔਰ ਇਸ ਮਾਮਲੇ ਨੂੰ ਨਜਿੱਠਿਆ ਜਾਏ। ਇਮਰਾਨ ਖਾਨ ਨੇ ਵੀ ਲੋਕਾਂ ਨੂੰ ਐਡਰੈਸ ਕੀਤਾ, ਕੰਪਲੈਕਸਿਟੀਜ਼ ਵੀ ਦੱਸੀਆਂ, ਪਰ ਇਹੀ ਕੰਪਲੈਕਸਿਟੀਜ਼ ਜੇ ਪਹਿਲੇ ਮਹੀਨਿਆਂ 'ਚ ਉਵੇਂ ਹੀ ਬਿਆਨ ਕੀਤੀਆਂ ਜਾਂਦੀਆਂ ਔਰ ਤੁਸੀਂ ਬਾਕੀਆਂ ਨੂੰ ਵੀ ਜਿਹੜੇ ਥੋੜ੍ਹੇ ਬਹੁਤ ਧੰਮਲ ਦੇ ਨਾਲ ਗੱਲ ਕਰਨ ਵਾਲੇ ਨੇ ਉਹਨਾਂ ਨੂੰ ਇਨਵੋਲਵ ਕਰਦੇ ਤਾਂ ਸ਼ਾਇਦ ਇਸ ਕਿਸਮ ਦੀ ਜਿਹੜੀ ਐਕਸਪਲੋਸਿਵ ਸਿਚੁਏਸ਼ਨ ਹੈ ਉਹ ਕ੍ਰੀਏਟ ਨਾ ਹੁੰਦੀ। ਪਰ ਅਸੀਂ ਫਿਰ ਵੀ ਦੁਆ ਕਰਦੇ ਹਾਂ ਕਿ ਇਹ ਮੁੱਦਾ, ਇਹ ਕ੍ਰਾਈਸਿਸ ਜਲਦੀ ਤੋਂ ਜਲਦੀ ਖਤਮ ਹੋਏ ਔਰ ਪਾਕਿਸਤਾਨ ਤਰੱਕੀ ਦੇ ਰਾਹ 'ਤੇ ਗਾਮਜ਼ਨ ਹੋਏ। ਔਰ ਜਿਵੇਂ ਅਸੀਂ ਇਸ ਸੈਗਮੈਂਟ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਦਾ ਵਿਚਾਰ ਕਰਦੇ ਹਾਂ, ਅੱਜ ਦਾ ਸ਼ਬਦ ਵੀ ਗੌੜੀ ਰਾਗ ਦਾ ਔਰ ਉਸ ਦੇ ਟਾਈਟਲ 'ਚ ਗੌੜੀ ਕਬੀਰ ਜੀ ਤਿੱਪ ਦੇ ਚਾਰ ਤੁੱਕੇ, ਇਹ ਹੈਡਿੰਗ ਹੈ ਕਿ ਉਹਦੇ ਪਦ ਜਾਂ ਜਿਹੜੇ ਉਸਦੇ ਫੋਰਮ ਹੈ ਉਹ ਤਿੰਨ ਹੀ ਨੇ ਲੇਕਿਨ ਚਾਰ ਤੁੱਕੇ ਦਾ ਮਤਲਬ ਹੈ ਕਿ ਹਰ ਪਦ ਦੀਆਂ ਚਾਰ ਲਾਈਨਾਂ ਨੇ, ਇਸ ਲਈ ਉਹਨੂੰ ਚਾਰ ਤੁੱਕਾ ਕਹਿੰਦੇ ਨੇ। ਤਿੰਨ ਤੁੱਕਾ, ਤਿੰਨ ਤੁੱਕਾਂ ਨੇ, ਦੋ ਤੁੱਕਾ, ਦੋ ਤੁੱਕਾਂ ਨੇ। ਅਤੇ ਇਹ ਸ਼ਬਦ ਹੈ, ਜਮ ਤੇ ਉਲਟ ਪਏ ਹੈ ਰਾਮ, ਦੁੱਖ ਬਿਨਸੇ ਸੁੱਖ ਕੀਓ ਬਿਸਰਾਮ, ਬੈਰੀ ਉਲਟ ਪਏ ਹੈ ਮੀਤਾ, ਸਾਕਤ ਉਲਟ ਸੁਜਨ ਪਏ ਚੀਤਾ, ਅਬ ਮੋਏ ਸਰਬ ਕੁਸਲ ਕਰ ਮਾਨਿਆ, ਸ਼ਾਂਤ ਪਈ ਜਬ ਗੋਬਿੰਦ ਜਾਣਿਆ ਰਹਾਓ। ਜ਼ਾਹਰ ਹੈ ਰਹਾਓ ਦੀ ਤੁੱਕ ਸੈਂਟਰਲ ਆਈਡੀਆ ਹੁੰਦੀ ਹੈ। ਇਹ ਦੱਸਦਾ ਵੀ ਸਾਡੇ ਅੰਦਰ ਦੀ ਐਪਰੋਚ ਇੱਕ ਉਹ ਹੈ, ਜਦੋਂ ਰੱਬ ਤੋਂ ਵਿੱਥ ਹੈ ਉਦੋਂ ਅਸੀਂ ਦੁਨੀਆ ਨੂੰ ਕਿਵੇਂ ਦੇਖਦੇ ਹਾਂ। ਜਿਹੜਾ ਸਾਡਾ ਵਿਰੋਧੀ ਹੈ ਉਹ ਸਾਨੂੰ ਜੰਮ ਲੱਗਦਾ ਜਿਵੇਂ ਮੌਤ ਦਾ ਫਰਿਸ਼ਤਾ ਹੋਏ, ਪਰ ਜਦੋਂ ਸਾਡੇ ਅੰਦਰ ਤਬਦੀਲੀ ਹੁੰਦੀ ਹੈ, ਤਬਦੀਲੀ ਬਾਹਰ ਨਹੀਂ ਹੁੰਦੀ, ਜਦੋਂ ਸਾਡੇ ਅੰਦਰ ਰੱਬ ਪ੍ਰਕਾਸ਼ਮਾਨ ਹੁੰਦਾ ਹੈ, ਰੱਬ ਦੀ ਲੋਅ ਲੱਗਦੀ ਹੈ, ਰੱਬ ਦਾ ਨੂਰ ਜਿਹੜਾ ਅਸੀਂ ਮਹਿਸੂਸ ਕਰਨਾ ਸ਼ੁਰੂ ਕਰਦੇ ਹਾਂ, ਤਾਂ ਫਿਰ ਕੀ ਤਬਦੀਲੀਆਂ ਹੁੰਦੀਆਂ ਨੇ। ਕਬੀਰ ਸਾਹਿਬ ਫਰਮਾਉਂਦੇ ਨੇ, ਜਮ ਤੇ ਉਲਟ ਪਏ ਹੈ ਰਾਮ, ਕਿ ਵੀ ਜਦੋਂ ਇਹ ਤਬਦੀਲੀ ਹੋਈ ਤਾਂ ਜਿਹੜੇ ਲੋਕ ਜਮ ਵਾਂਗ ਲੱਗਦੇ ਸੀ, ਏਂਜਲਸ ਆਫ ਡੈਥ ਲੱਗਦੇ ਸੀ, ਉਹ ਆਪਣੇ ਲੱਗਣ ਲੱਗ ਗਏ, ਰੱਬ ਵਰਗੇ ਲੱਗਣ ਲੱਗ ਗਏ। ਦੁੱਖ ਬਿਨਸੇ ਸੁੱਖ ਕੀਓ ਬਿਸਰਾਮ, ਮੇਰੇ ਅੰਦਰ ਸੁੱਖ ਨੇ ਆ ਕੇ ਡੇਰਾ ਲਾ ਲਿਆ, ਦੁੱਖ ਜਿਹੜਾ ਉਹ ਭੱਜ ਗਿਆ। ਬੈਰੀ ਉਲਟ ਪਏ ਹੈ ਮੀਤਾ, ਜਿਹੜੇ ਦੁਸ਼ਮਣ ਲੱਗਦੇ ਸੀ ਉਹ ਮੀਤ ਲੱਗਣ ਲੱਗ ਗਏ, ਦੋਸਤ ਲੱਗਣ ਲੱਗ ਗਏ, ਸੱਜਣ ਲੱਗਣ ਲੱਗ ਗਏ। ਸਾਕਤ ਉਲਟ ਸੁਜਨ ਪਏ ਚੀਤਾ, ਕਿ ਭਾਈ ਜਿਹੜੇ ਸਾਕਤ ਸੀ ਮਾਇਆ 'ਚ ਗ੍ਰਸੇ ਹੋਏ ਸੀ ਉਹ ਮੈਨੂੰ ਸੱਜਣ ਲੱਗ ਗਏ ਔਰ ਲੱਗਣ ਲੱਗ ਗਏ ਕਿ ਭਾਈ ਇਹ ਤਾਂ ਬੜੇ ਭਲੇ ਲੋਕ ਨੇ। ਅਬ ਮੋਹੇ ਸਰਬ ਕੁਸਲ ਕਰ ਮਾਨਿਆ, ਮੈਨੂੰ ਚਾਰ ਚਫੇਰੇ ਜਿਹੜੀ ਹੈ ਖੈਰ ਖੁਆਈ ਨਜ਼ਰ ਆਉਂਦੀ ਹੈ, ਹਰ ਚੀਜ਼ ਮੈਨੂੰ ਜਿਹੜੀ ਠੀਕ ਨਜ਼ਰ, ਸ਼ਾਂਤ ਪਈ ਜਬ ਗੋਬਿੰਦ ਜਾਣਿਆ। ਅੰਦਰ ਟ੍ਰੈਂਕੁਲਿਟੀ ਔਰ ਪੀਸ ਆਈ ਉਦੋਂ ਜਦੋਂ ਰੱਬ ਦੀ ਪਛਾਣ ਹੋਈ, ਰੱਬ ਦੇ ਨਾਲ ਲੋ ਲੱਗੀ। ਤਨ ਮੈਂ ਹੋਤੀ ਕੋਟ ਉਪਾਦ, ਉਲਟ ਪਈ ਸੁੱਖ ਸਹਿਜ ਸਮਾਦ, ਆਪ ਪਛਾਣੇ ਆਪੇ ਆਪ, ਰੋਗ ਨਾ ਵਿਆਪੈ ਤੀਨੋ ਤਾਪ, ਕਿ ਜਿਹੜੇ ਮੇਰੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਸਨ, ਕਰੋੜਾਂ ਉਪਾਧੀਆਂ ਸਨ, ਉਲਟ ਪਈ ਸੁੱਖ, ਹੁਣ ਮੈਂ ਉਸ ਸੁੱਖ ਦੇ ਘਰ 'ਚ ਰਹਿੰਦਾ, ਰੱਬ ਦੀ ਯਾਦ 'ਚ ਰਹਿੰਦਾ, ਅਤੇ ਉਹ ਸਾਰਾ ਕੁਛ ਜਿਹੜਾ ਉਹ ਮੁੱਕ ਗਿਆ ਔਰ ਮੈਂ ਆਪਣੇ ਆਪ ਦੀ ਪਛਾਣ ਕੀਤੀ ਹੈ ਰੱਬ ਦੀ ਕੁਰਬਤ ਦੇ ਨਾਲ, ਰੋਗ ਨਾ ਵਿਆਪੈ ਤੀਨੋ ਤਾਪ। ਜਦੋਂ ਅਸੀਂ ਕਹਿੰਦੇ ਹਾਂ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁੱਖ ਰਾਸ, ਕਿ ਇਹ ਸਰੀਰ ਦਾ, ਮਨ ਦਾ, ਇਹ ਸਾਰੇ ਕੱਲ ਕਲੇਸ਼ ਤਨ ਮਾਹੇ ਮਿਟਾਵੋ, ਕਬੀਰ ਸਾਹਿਬ ਕਹਿੰਦੇ ਵੀ ਇਹ ਸਾਰੇ ਰੋਗ ਨਾ ਵਿਆਪੈ, ਤਿੰਨੋਂ ਤਾਪ ਵੀ, ਤਿੰਨੋਂ ਬੁਖਾਰ ਵੀ ਦੌੜ ਗਏ, ਕੋਈ ਹੁਣ ਬਿਮਾਰੀ ਮੇਰੇ ਨੇੜੇ ਨਹੀਂ ਲੱਗਦੀ। ਅਬ ਮਨ ਉਲਟ ਸਨਾਤਨ ਹੂਆ, ਤਬ ਜਾਣਿਆ ਜਬ ਜੀਵਤ ਮੂਆ, ਕਹੋ ਕਬੀਰ ਸੁੱਖ ਸਹਿਜ ਸਮਾਵੋ, ਆਪ ਨਾ ਡਰੋ ਨਾ ਅਵਰ ਡਰਾਵੋ, ਕਿ ਹੁਣ ਮੇਰਾ ਮਨ ਜਿਹੜਾ ਉਹ ਬਦਲ ਕੇ ਆਪਣੀਆਂ ਜੜ੍ਹਾਂ, ਸਨਾਤਨ ਹੁੰਦਾ ਪੁਰਾਤਨ, ਕਿ ਭਾਈ ਆਪਣੇ ਅਸਲ ਰੂਪ 'ਚ ਚਲਾ ਗਿਆ। ਅਸਲ ਰੂਪ ਕੀ ਸੀ? ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਸੋ ਕਬੀਰ ਸਾਹਿਬ ਫਰਮਾਉਂਦੇ ਨੇ ਕਿ ਹੁਣ ਮੇਰਾ ਮਨ ਜਿਹੜਾ ਉਹ ਸੱਚਮੁੱਚ ਸਨਾਤਨ ਹੋ ਗਿਆ, ਆਪਣੀਆਂ ਜੜ੍ਹਾਂ ਦੇ ਨਾਲ ਪੁਰਾਤਨਤਾ ਚਲਾ, ਤਬ ਜਾਣਿਆ ਜਬ ਜੀਵਤ ਹੋਆ। ਪਰ ਇਹ ਸਾਰਾ ਕੁਛ ਤਾਂ ਹੀ ਵਾਪਰਿਆ ਜਦੋਂ ਮੈਨੂੰ ਜਿਉਂਦਿਆਂ ਮਰਨਾ ਆ ਗਿਆ। ਜਿਉਂਦਿਆਂ ਮਰਨਾ ਕੀ ਹੈ? ਹਉਮੈ ਨੂੰ ਮਾਰਨਾ, ਈਗੋ ਨੂੰ ਮਾਰਨਾ। ਜਿਹੜੀ ਰੱਬੀ ਦੁਨੀਆ ਦੇ ਵਿੱਚ ਜ਼ਿੰਦਗੀ ਔਰ ਮੌਤ ਹੈ, ਇਹ ਦੁਨਿਆਵੀ ਮੌਤ ਜਾਂ ਜ਼ਿੰਦਗੀ ਨਾਲ ਇਸ ਨੂੰ ਕੰਪੇਅਰ ਨਹੀਂ ਕੀਤਾ ਜਾਂਦਾ ਜਾਂ ਉਹ ਕ੍ਰਾਈਟੇਰੀਆ ਨਹੀਂ ਹੈ। ਇੱਥੇ ਮੌਤ ਰੂਹਾਨੀ ਮੌਤ ਹੈ, ਜਦੋਂ ਰੱਬ ਵਿਸਰਦਾ ਹੈ ਤਾਂ ਉਹ ਮੌਤ ਹੈ, ਰੱਬ ਯਾਦ ਆਏ ਤਾਂ ਉਹ ਜ਼ਿੰਦਗੀ ਹੈ। ਸੁਖਬੀਰ ਸਾਹਿਬ ਕਹਿੰਦੇ ਨੇ ਰੱਬ ਉਦੋਂ ਹੀ ਯਾਦ ਆਉਂਦਾ ਜਦੋਂ ਆਪਾਂ ਮਰਦਾ, ਪਹਿਲਾਂ ਆਪੇ ਨੂੰ ਮਾਰਨਾ ਪੈਂਦਾ
ਔਰ ਕਹਿੰਦਾ ਤਬ ਜਾਣਿਆ ਜਬ ਜੀਵਤ ਮੂੰਹ ਆ, ਕਿ ਮੈਨੂੰ ਹਕੀਕਤ ਉਦੋਂ ਹੀ ਸਮਝ ਆਈ ਜਦੋਂ ਮੈਂ ਆਪਣੇ ਅੰਦਰ ਦੀ ਹੋਮੈ ਨੂੰ ਮਾਰ ਲਿਆ। ਅਤੇ ਕਬੀਰ ਸਾਹਿਬ ਕਹਿੰਦੇ ਨੇ ਸੁੱਖ ਸਹਿਜ ਸਮਾਵੋ, ਕਹੋ ਕਬੀਰ ਸੁੱਖ ਸਹਿ, ਹੁਣ ਮੈਂ ਸਹਿਜ ਦੇ ਰੰਗ ਦੇ ਵਿੱਚ ਰਹਿੰਦੇ ਹਾਂ, ਸੁੱਖ ਦੇ ਵਿੱਚ ਹਾਂ, ਆਨੰਦ ਦੇ ਵਿੱਚ ਹਾਂ। ਆਪ ਨਾ ਡਰੋ ਨਾ ਆਪ ਡਰਾਵੋ, ਹੁਣ ਨਾ ਮੈਨੂੰ ਆਪ ਮੌਤ ਦਾ ਡਰ ਹੈ, ਨਾ ਮੈਂ ਕਿਸੇ ਨੂੰ ਦੁਨਿਆਵੀ ਡਰ ਦਿੰਦਾ, ਮੈਂ ਉਸ ਰੱਬ ਦੀ ਯਾਦ ਦੇ ਵਿੱਚ ਆਨੰਦ 'ਚ ਹੈ, ਸਹਿਜ 'ਚ ਹੈ। ਸਾਰੇ ਦੁਸ਼ਟ ਦੁਸ਼ਮਣ ਮੈਨੂੰ ਮੀਤ ਲੱਗਦੇ ਨੇ ਔਰ ਹਰ ਪਾਸੇ ਉਸ ਰੱਬ ਦਾ ਪਸਾਰਾ ਨਜ਼ਰ ਆਉਂਦਾ। ਇਹੀ ਉਹ ਹਾਲਤ ਹੈ ਕਿ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਾਹੇ ਬਗਾਨਾ, ਸਗਲ ਸੰਗ ਹਮ ਕੋ ਬਨ ਆਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਇਸ ਵਿਚਾਰ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਸਵਸਥ ਨੇ ਆਪਣੇ ਵਿਊਅਰਸ ਕੋਲੇ ਨੇ ਇਜਾਜ਼ਤ। ਵਿਊਅਰਸ ਆ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ 'ਤੇ SOS@tv4.tv 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣਾ ਸੁਣਾ ਗਿਆ ਦਿਓ, ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।